ਕੰਟਰੋਲ ਦਾ ਭਾਈ ਤੁਹਾਡੇ ਨਾਲ ਰੜਾ ਭਾਸ਼ਣ ਭਾਈ ਬਸ ਮਾਰਕੀਟ ਸਾਰੀ ਹੋ ਚੁੱਕੀ ਆ ਨੰਬਰ ਐਕਟੀਵੇਟ ਕਰਨੇ ਨੇ ਬਸ ਹੁਣ ਫ੍ਰੀ ਹੋ ਚੱਲਾਂ ਅਤੇ ਹੁਣ ਬਸ ਚੱਲੇ ਹਾਂ ਘਰ ਨੂੰ ਅਤੇ ਤੁਹਾਨੂੰ ਮਾਰਕੀਟ ਦਾ ਦਿਖਾਉਣਾ ਵਿਊ ਅਤੇ ਮਾਰਕੀਟ ਚੱਲਦੇ ਹਾਂ ਫਿਰ ਉੱਥੇ ਜਾ ਕੇ ਤੁਹਾਡੇ ਨਾਲ ਗੱਲ ਤੁਹਾਨੂੰ ਪੂਰੀ ਦੀਵਾਲੀ ਦਾ ਦਿਖਾਉਂਦੇ ਹਾਂ ਕਿ ਕਿੱਦਾਂ ਦਾ ਮਾਰਕੀਟ ਸੱਜੀ ਹੋਈ ਹੈ ਜਿੱਥੇ ਹੁਣ ਇਸ ਟਾਈਮ ਆਪਾਂ ਆਏ ਹਾਂ ਉਹ ਮੰਡੀ ਦੇ ਵਿੱਚ ਆਏ ਹਾਂ ਅਤੇ ਇੱਥੇ ਆਪਾਂ ਐਕਟੀਵਿਟੀ ਕੀਤੀ ਸੀਗੀ ਜੀ ਉਹਦੀ ਅਤੇ ਕੰਮ ਸਾਡਾ ਹੋ ਚੁੱਕਿਆ ਅਤੇ ਹੁਣ ਮੈਂ ਕਰਨ ਲੱਗਾ ਛੁੱਟੀ ਆਪਣੀ ਜੋਬ ਤੋਂ ਅਤੇ ਫਿਰ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਮਾਰ ਜੋਬ ਤੋਂ ਕਰ ਲਿਆ ਔਫ ਅਤੇ ਮੈਂ ਹੋ ਚੁੱਕਿਆ ਫ੍ਰੀ ਹੁਣ ਅਤੇ ਹੁਣ ਖਾਂਦੇ ਹਾਂ ਕੁਛ ਭੁੱਖ ਲੱਗ ਰਹੀ ਹੈ ਅਤੇ ਟਾਈਮ ਮੇਰੇ ਖਿਆਲ ਨਾਲ 6:30 ਹੋ ਰਹੇ ਨੇ ਬਰਗਰ ਖਾਂਦੇ ਹਾਂ ਜਾ ਕੇ ਫਿਰ ਘਰ ਚੱਲਦੇ ਹਾਂ ਫਿਰ ਉਸ ਤੋਂ ਬਾਅਦ ਮਾਰਕੀਟ ਦਾ ਮਾਹੌਲ ਦਿਖਾਉਂਦੇ ਤੁਹਾਨੂੰ ਮਾਰਕੀਟ ਕਿੱਦਾਂ ਸੱਜੀ ਆ ਹੈ ਨਾ ਅਤੇ ਬਾਕੀ ਔਫਰਸ ਵਗੈਰਾ ਤਾਂ ਲੱਗੀ ਦੀਆਂ ਦੀਵਾਲੀ ਦੀਆਂ ਪਰ ਰਸ਼ ਮਾਰਕੀਟ ਦੇ ਵਿੱਚ ਬਿਲਕੁਲ ਨਹੀਂ ਹੈਗਾ ਅਤੇ ਮੈਂ ਬਰਗਰ ਦੀ ਸ਼ੌਪ 'ਤੇ ਪਹੁੰਚ ਚੁੱਕਿਆ ਅਤੇ ਚਲੋ ਬਰਗਰ ਖਾਂਦੇ ਹਾਂ ਬਰਗਰ ਹੋ ਗਏ ਆਪਣੇ ਰੈਡੀ ਅਤੇ ਆ ਭਾਅ ਜੀ ਦੀ ਸ਼ੋਪ 'ਤੇ ਆਇਆ ਸੀਗਾ ਕੀ ਸ਼ੋਪ ਦਾ ਭਾਅ ਜੀ ਤੁਹਾਡੇ ਨਾਲ ਰੜਾ ਪਾਸ਼ੁਰ ਭਾਅ ਜੀ ਅਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਸ਼ੋਪ ਕਰਦੇ 8 ਸਾਲ ਹੋ ਗਏ ਭਾਅ ਜੀ ਅਤੇ ਕਾਫੀ ਵਧੀਆ ਭਾਅ ਜੀ ਕਾਫੀ ਵਧੀਆ ਬਰਗਰ ਬਣਾਉਂਦੇ ਆ ਅਤੇ ਕਾਫੀ ਚਿਰ ਤੋਂ ਮੈਂ ਇੱਥੇ ਆ ਰਿਹਾ ਉਹਨਾਂ ਕੋਲ
ਤੇ ਮੈਨੂੰ ਘੱਟੋ ਘੱਟ ਨਹੀਂ ਤੇ 3 ਤੋਂ 4 ਸਾਲ ਹੋ ਗਏ ਭਾਈ ਦੀ ਪਹਿਲੇ ਇੱਕ ਸਾਈਡ ਤੇ ਸ਼ਾਪ ਹੁੰਦੀ ਸੀਗੀ ਦੁਬਾਰਾ ਫਿਰ ਭਾਈ ਨੇ ਇੱਥੇ ਸ਼ਿਫਟ ਕਰ ਲਿਆ ਤੇ ਕਾਫੀ ਵਧੀਆ ਬਰਗਰ ਬਣਾਉਂਦੇ ਆ ਭਾਜੀ ਤੇ ਜ਼ਿਆਦਾਤਰ ਮੈਂ ਨਾ ਤੋਂ ਹੀ ਬਰਗਰ ਖਾਣਾ ਵੈਸੇ ਤੇ ਮੈਂ ਖਾਂਦਾ ਹੀ ਨਹੀਂ ਬਰਗਰ ਬਹੁਤ ਘੱਟ ਖਾਂਦਾ ਫਾਸਟ ਫੂਡ ਬੰਦ ਕੀਤਾ ਦਾ ਪਰ ਜਦੋਂ ਵੀ ਆਉਂਦਾ ਜਦੋਂ ਵੀ ਮਨ ਕਰੇ ਦਿਨ ਰਾਤ ਜਦੋਂ ਵੀ ਸ਼ਾਮ ਨੂੰ ਆਉਣੇ ਦੀ ਰੇੜੀ ਕਿੰਨੇ ਤੋਂ ਕਿੰਨੇ ਭਾਜੀ 5 ਤੋਂ 10 ਹੁੰਦੀ ਆ ਪਰ 9 ਵਜੇ ਤੱਕ ਸਟੋਕ ਇਹਨਾਂ ਦਾ ਖਤਮ ਹੋ ਜਾਂਦਾ ਤੇ ਜਦੋਂ ਵੀ ਕਦੀ ਆਏ ਮਾਡਲ ਹੋ ਸੈਣਾ ਦੀ ਸ਼ੋਪ ਹੈਗੀ ਆ ਤੇ ਘੁੱਲੇ ਚੱਕੀ ਦੇ ਲਾਗੇ ਤੇ ਕਦੀ ਟੇਸਟ ਕਰਕੇ ਦੇਖਿਓ ਤੇ ਬਰਗਰ ਬਹੁਤ ਵਧੀਆ ਬਣਾਉਂਦੇ ਆ ਤੇ ਚਲੋ ਮੈਂ ਚੱਲਦਾ ਹੁਣ ਘਰ ਨੂੰ ਠੀਕ ਹੈ ਜੀ ਓਕੇ ਭਾਜੀ ਓਕੇ ਭਾਜੀ ਹਾਂਜੀ ਮੈਂ ਘਰ ਪਹੁੰਚ ਚੁੱਕਿਆ ਤੇ ਹੁਣ ਆਪਾਂ ਬਰਗਰ ਟੇਸਟ ਕਰਦੇ ਹਾਂ ਤੁਹਾਨੂੰ ਦਿਖਾਉਣਾ ਬਰਗਰ ਦਾ ਟੇਸਟ ਕਿੱਦਾਂ ਦਾ ਤੇ ਟੇਸਟ ਕਰਦੇ ਹਾਂ ਬਰਗਰ ਤੇ ਪਹਿਲੇ ਹੈਂਡ ਵਾਸ਼ ਅਤੇ ਫੇਸ ਵਾਸ਼ ਕਰਦੇ ਹਾਂ ਫਿਰ ਤੁਹਾਨੂੰ ਮੈਂ ਮਿਲਦਾ ਫਰੈਸ਼ ਹੋ ਕੇ ਮੇਰੇ ਕੋਲ ਨਾ ਪੂਰਾ ਬਰਗਰ ਖਾਧਾ ਨਹੀਂ ਜਾਂਦਾ ਮੈਂ ਹਾਫ ਹਾਫ ਕਰਾ ਲੈਂਦਾ ਉੱਥੋਂ ਅਤੇ ਹਾਫ ਕਰਕੇ ਫਿਰ ਖਾਣ ਨੂੰ ਨਾ ਆਰਾਮ ਨਾਲ ਖਾਧਾ ਜਾਂਦਾ ਨਾ ਫੇਸ ਸਾਰਾ ਗੰਦਾ ਹੁੰਦਾ ਨਾ ਹੱਥ ਗੰਦੇ ਹੁੰਦੇ ਅਤੇ ਟੇਸਟ ਕਰਦੇ ਹਾਂ ਤੁਹਾਨੂੰ ਟੇਸਟ ਕਰਕੇ ਦੱਸਦਾ ਇਹਨਾਂ ਦਾ ਬਰਗਰ ਬਹੁਤ ਵਧੀਆ ਲੱਗਦਾ ਜਿੱਥੇ ਮੈਂ ਗਿਆ ਸੀ ਤੁਹਾਨੂੰ ਦਿਖਾਇਆ ਸੀ ਅਤੇ ਇੱਕ ਹੈਗੇ ਆਪਣੇ ਗੌਰਵ ਭਾਅ ਜੀ ਭਾਰਕੂ ਕੈਂਪ ਦੇ ਵਿੱਚ ਬਣਾਉਂਦੇ ਬਰਗਰ ਉਹ ਵੀ ਬਰਗਰ ਬਹੁਤ ਟੇਸਟੀ ਬਣਾਉਂਦੇ ਨੇ ਚਲੋ ਜਲਦੀ ਜਲਦੀ ਮੈਂ ਬਰਗਰ ਖਤਮ ਕਰਦਾ ਅਤੇ ਫਿਰ ਤੁਹਾਨੂੰ ਮੈਂ ਭਾਰਕੂ ਕੈਂਪ ਦੀ ਮਾਰਕੀਟ ਜਿਹੜੀ ਆ ਉਹ ਦਿਖਾ ਕੇ ਲਿਆਉਂਦਾ ਅਤੇ ਕਿੱਦਾਂ ਦਾ ਮਾਹੌਲ ਆ ਰਸ਼ ਹੈਗਾ ਆ ਕਿ ਨਹੀਂ ਅਤੇ ਚਲੀਏ ਫਟਾਫਟ ਮੈਂ ਬਰਗਰ ਨੂੰ ਖਤਮ ਕਰਦਾ ਫਿਰ ਮੈਂ ਮਿਲਦਾ ਤੁਹਾਨੂੰ ਦੁਬਾਰਾ ਹਾਂਜੀ ਅਸੀਂ ਆ ਚੁੱਕੇ ਹਾਂ ਮਾਰਕੀਟ ਅਤੇ ਇਸ ਸਾਈਡ 'ਤੇ ਰਸ਼ ਸੀਗਾ ਕਿਉਂਕਿ ਨਾ ਨਾਲ ਹੀ ਸਬਜ਼ੀ ਮੰਡੀ ਹੈ ਅਤੇ ਸਬਜ਼ੀ ਮੰਡੀ ਕਰਕੇ ਥੋੜ੍ਹਾ ਰਸ਼ ਪੈ ਜਾਂਦਾ ਇੱਥੇ ਅਤੇ ਬਾਕੀ ਮਾਰਕੀਟ ਦੇ ਵਿੱਚ ਵੀ ਥੋੜ੍ਹਾ ਥੋੜ੍ਹਾ ਰਸ਼ ਸੀਗਾ ਪਰ ਜੋ ਪਿਛਲੇ ਸਾਲ ਦੀ ਤਰ੍ਹਾਂ ਰਸ਼ ਹੁੰਦਾ ਉਸ ਹਿਸਾਬ ਨਾਲ ਰਸ਼ ਨਹੀਂ ਸੀਗਾ ਅਤੇ ਧਨਤੇਰਸ ਅਤੇ ਕਹਿ ਲਓ ਕਿ ਬਾਜ਼ਾਰ ਦੇ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਮਿਲਦਾ ਪਰ ਆਪਾਂ ਨੋਰਮਲੀ ਬਾਈਕ 'ਤੇ ਜਾ ਰਹੇ ਹਾਂ ਆਰਾਮ ਨਾਲ ਜਾ ਰਹੇ ਹਾਂ ਅਤੇ ਧਨਤੇਰਸ ਆ ਮੰਮੀ ਨੇ ਮੈਨੂੰ ਕਿਹਾ ਸੀਗਾ ਕਿ ਬਰਤਨ ਵਾਲੀ ਸ਼ੋਪ ਤੋਂ ਬਰਤਨ ਲੈ ਕੇ ਆਇਓ ਅਤੇ ਮੈਂ ਹੁਣ ਜਾ ਰਿਹਾ ਸ਼ੋਪ 'ਤੇ ਉੱਥੋਂ ਬਰਤਨ ਲੈਣ ਵਾਸਤੇ ਅਤੇ ਸ਼ੋਪ ਵਾਲਾ ਮੇਰਾ ਵਾਕਫ ਹੀ ਹੈ ਅਤੇ ਆਪਾਂ ਉਹਦੇ ਕੋਲ ਜਾ ਰਹੇ ਹਾਂ ਬਰਤਨ ਲੈਣ ਹੁਣ ਅਤੇ ਮੈਂ ਸ਼ੋਪ 'ਤੇ ਪਹੁੰਚ ਚੁੱਕਿਆ ਅਤੇ ਇੱਥੇ ਰਸ਼ ਸੀਗਾ ਬਰਤਨ ਵਾਲੀ ਸ਼ੋਪ 'ਤੇ ਅਤੇ ਜੋ ਮੈਨੂੰ ਚਾਹੀਦਾ ਸੀਗਾ ਉਹ ਮੈਂ ਲੈ ਲਿਆ ਅਤੇ ਮੈਂ ਇਹਨੂੰ ਪੈਕ ਕਰਾਉਣ ਲੱਗਾ ਅਤੇ ਲੈ ਕੇ ਫਿਰ ਚੱਲਦੇ ਹਾਂ ਚਾਚਾ ਜੀ ਦੀ ਸ਼ੋਪ 'ਤੇ ਅਤੇ ਇਸ ਤਰ੍ਹਾਂ ਹੀ ਵਲੋਗ ਦੇ ਵਿੱਚ ਬਣੇ ਰਹੋ ਮੇਰੀ ਵੀਡੀਓ ਨੂੰ ਪਿਆਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ ਅਤੇ ਚਲੋ ਚੱਲਦੇ ਹਾਂ ਜੀ ਅਤੇ ਚਲੋ ਅੱਗੇ ਚੱਲਦੇ ਹਾਂ ਆਪਾਂ ਜੀ ਚਾਚਾ ਜੀ ਦੀ ਸ਼ੋਪ 'ਤੇ ਜਾ ਕੇ ਦੇਖਦੇ ਹਾਂ ਉੱਥੇ ਕਿੰਨਾ ਚੇਤਨ ਭਾਈ ਚੇਤਨ ਜੀ ਜੇ ਨਿਕਾਲ ਦੋ ਇਸ ਮਿਸ ਸੇ ਕਿਤਨੇ ਇੱਕ ਲਕੀ ਮਾਤਾ ਲਈ ਸਰਸਵਤੀ ਮਾਤਾ ਲਈ ਸ਼ੇਰਾ ਵਾਲੀ ਮਾਤਾ ਲਈ ਗਣੇਸ਼ ਜੀ ਲਈ ਪਾਪਾ ਐ ਸਹੀ ਕਰੋ ਆ ਕੇ ਕਿੰਨੇ ਲੈਟ ਇੱਕ ਕਿਤਨੇ ਭਾਬੀ ਜੀ ਐਦਾ ਕਰੋ ਆ ਲੋ ਸਾਨੀ ਲੈ ਲੈ ਲੋ ਸਾਡੇ ਵੀ ਇੱਕ ਜਾਣਗੇ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਅਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਉਣ ਵਾਲੀਆਂ ਵੀਡੀਓਸ ਇਸ ਤਰ੍ਹਾਂ ਹੀ ਹੋਰ ਵਧੀਆ ਆਉਂਦੀਆਂ ਰਹਿਣਗੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਦਬਾਇਓ ਅਤੇ ਜਿਹੜੀਆਂ ਆਉਣ ਵਾਲੀਆਂ ਵੀਡੀਓਸ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਸ਼ੋਪਿੰਗ ਹੋ ਗਈ ਕੰਪਲੀਟ ਅਤੇ ਅਸੀਂ ਚੇਤਨ ਨੂੰ ਕਰਦੇ ਹਾਂ ਬਾਏ 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 ਚੇਤਨ ਚਲੋ ਜੀ ਸ਼ੋਪਿੰਗ ਹੋ ਗਈ ਕੰਪਲੀਟ ਤੇ ਲਿਫਾਫੇ ਹੋ ਗਏ ਪੈਕ ਮਾਨਵ ਵੀ ਆ ਗਿਆ ਮੇਰਾ ਛੋਟਾ ਭਰਾ ਤੇ ਹੁਣ ਚੱਲਦੇ ਹਾਂ ਘਰ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ ਤਦ ਤੱਕ ਲਈ ਰੱਬ ਰੱਖਾ ਮੇਰੇ ਵੱਲੋਂ ਅਤੇ ਮੇਰੇ ਪੂਰੇ ਪਰਿਵਾਰ ਵੱਲੋਂ ਹੈਪੀ ਦੀਵਾਲੀ ਰੱਬ ਤੁਹਾਨੂੰ ਹਮੇਸ਼ਾ ਖੁਸ਼ੀਆਂ ਬਖਸ਼ੇ